ਵਾਰੀ ਅਸੈਂਬਲੀ ਦੇ ਇਲੈਕਸ਼ਨ ਇਸ ਪਾਰਟੀ ਨੇ ਲੜਿਆ ਤੇ ਲਾਰਜੈਸਟ ਆਪੋਜੀਸ਼ਨ ਪਾਰਟੀ ਉੱਭਰ ਕੇ ਆਈ ਆ। ਚਾਹੇ ਅਸੀਂ ਆਪਣੀ ਸਰਕਾਰ ਨਹੀਂ ਬਣਾ ਸਕੇ ਪਰ ਕਈ ਮਹੀਨੇ ਦੇ ਵਿੱਚ ਸਾਡੀ ਜਿੱਤ ਆ। ਸਭ ਤੋਂ ਪਹਿਲੀ ਗੱਲ, ਇੱਕ ਵੀ ਨਵਾਂ ਪੈਸਾ ਅਸੀਂ ਨਹੀਂ ਵੰਡ ਦਿੱਤਾ ਵੋਟਾਂ ਵਾਸਤੇ, ਇੱਕ ਬੋਤਲ ਸ਼ਰਾਬ ਦੀ ਨਹੀਂ ਵੰਡੀ ਔਰ ਇਹ ਸਾਡੀ ਬੜੀ ਵੱਡੀ ਜਿੱਤ ਆ। ਦੂਜੀ ਗੱਲ, ਅਸੀਂ ਇਹ ਦੂਜੀਆਂ ਪਾਰਟੀਆਂ ਨੂੰ ਲੋਕਾਂ ਦੀ ਇੰਪੋਰਟੈਂਸ ਸਿਖਾਤੀ, ਲੋਕਾਂ ਦੀ ਬੁੱਕਤ ਪਾਉਣੀ ਸਿਖਾਤੀ। ਸਭ ਤੋਂ ਵੱਡੀ ਗੱਲ, ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਮਜੀਠੀਏ ਨੂੰ ਜੇਲ੍ਹ ਭੇਜਣਗੇ, ਮਜੀਠੀਏ ਨੂੰ ਕਾਂਗਰਸ ਜੇਲ੍ਹ ਭੇਜੇਗੀ, ਪੂਰੀ ਤਰ੍ਹਾਂ ਸਾਥ ਦੇਵਾਂਗੇ ਕਾਂਗਰਸ ਦਾ ਇਸ ਗੱਲ ਵਿੱਚ। ਪਰ ਜੇਕਰ ਉਹ ਆਪਣੇ ਵਾਅਦੇ ਤੋਂ ਮੁੱਕਰ ਲੱਗੇ ਤਾਂ ਉਹਨਾਂ ਨੂੰ ਬਹੁਤਾ ਵਾਅਦਾ ਯਾਦ ਵੀ ਕਰਾਵਾਂਗੇ।